ਸਾਰੀ ਗੱਲ ਖੜੀ ਖੜੀ ਆ ਸਰਪੰਚ ਵੀ ਭਜਣਾ ਮੇਰੇ ਦੇ ਵੀ ਹੁਣ ਤਾਂ ਸਾਰੀ ਗੱਲ ਖੜੀ ਖੜੀ ਆ ਸਰਪੰਚ ਵੀ ਭਜਣਾ ਮੇਰੇ ਦੇ ਪਾਠ ਪਰਿਵਾਰ ਦਾ ਸਾਹਮਣੇ ਮੇਰੇ ਵੀ ਸ਼ੈਲੀ ਆ ਵੀ ਘੋਗੇ ਚਾਚੇ ਵਰਗੇ ਨੇ ਵੱਡੇ ਮਾਨ ਸਨਮਾਨ ਕੀਤੇ ਆ ਔਰ ਕਹਿੰਦੇ ਫਿਰ ਮੈਦਾਨ ਚ ਅਗਲੀ ਬਾਲ ਸ਼ਾਹ ਨਵਾਜ਼ ਨੇ ਕਰਨੀ ਹੈ ਆ ਵੀ ਮੁੰਡਾ ਕਹਿੰਦੇ ਸ਼ਾਹ ਨਵਾਜ਼ ਬਾਲ ਪਾਉਣ ਲਈ ਤਿਆਰ ਬਰ ਤਿਆਰ ਸ਼ਸ਼ੀ ਵੀਰੇ ਸ਼ਸ਼ੀ ਸ਼ਸ਼ੀ ਨੇ ਬਾਲ ਪਾਉਣੀ ਸ਼ਸ਼ੀ ਤੇ ਸਾਹਮਣੇ ਲਓ ਜੀ ਜੇ ਛੱਤਾ ਸ਼ੈਲੀ ਬਾਈ ਮਾਤਾ 100 ਰੁਪਏ ਸਰਫਰਾਜ ਭਾਈ ਕਹਿੰਦੇ ਅਸੀਂ ਦੇ ਦਾਂਗੇ ਤੂੰ ਛੱਤਾ ਜੇ ਤੇ ਵਿਕਟ ਜੇ ਆ ਮੁੰਡਾ ਕਰਦਾ 500 ਪ੍ਰੀਤੀ ਮਨ ਮੈਂ ਦੇ ਦੇਣੀ ਹੈ ਵੀ ਪ੍ਰੀਤੀ ਮਨ ਕਹਿੰਦੀ 500 ਰੁਪਏ ਦੇ ਦੇਵੇ 500 ਦੀ ਵਿਕਟ ਛੋੜ ਦੋ ਛੱਤਾ ਤੇ ਗੱਲਾਂ ਜਿਹੜੇ ਟਿਕਾਣੇ ਲੱਗ ਜਾਣੀਆਂ ਪਰ ਉਹਨੇ ਤਾਂ ਮੈਨੂੰ ਲੱਗਦਾ ਪੱਖੇ 'ਚ ਮਾਰਨ ਦੀ ਕੀਤੀ ਹੈ ਪਰ ਰਨ ਜਿਹੜੇ 4 ਰਨ ਜੁੜ ਗਏ ਹੈ ਤੇ ਬਾਲ ਵੀ ਨੋ ਨੋ ਹੋ ਗਿਆ ਨੋ ਹੋ ਗਿਆ ਤੇ ਇਸ਼ਾਰੇ ਪਹਿਲਾਂ ਨੇ ਐਂ ਕਰ ਦਿੱਤੇ ਆ ਕਿ ਜਿਵੇਂ ਸ਼ਕਤੀਮਨ ਉੱਪਰ ਦੀ ਸਿਰ ਤੋਂ ਫੁੱਲ ਘੁਮਾਉਣਾ ਨਾ ਤੂੰ ਫਰੀ ਹੈਂਡ ਦੇ ਇਸ਼ਾਰੇ ਕਰ ਦਿੱਤੇ ਆ ਫਰੀ ਹੈਂਡ ਦੇ ਇਸ਼ਾਰੇ ਨੋ ਵਾਲ ਨੋ ਵਾਲ ਨੋ ਵਾਲ ਬਾਲਰ ਨੇ ਮਾਰਾ ਟਾਈਮ ਹੁੰਦਾ ਹੁਣ ਤਾਂ ਸ਼ੈਲੀ ਬਾਈ ਦੱਸੋ ਕਿੰਨਾ ਕੁ ਟਾਈਮ ਹੁੰਦਾ ਸ਼ੈਲੀ ਬਾਈ ਛੱਕਾ 100 ਰੁਪਏ ਦਾ ਸ਼ੈਲੀ ਬਾਈ ਛੱਕਾ 100 ਰੁਪਏ ਦਾ ਸਰਪ੍ਰਾਜ ਭਾਜੀ ਕਹਿੰਦੇ ਵੀ 100 ਰੁਪਏ ਦਾ ਮਾਨ ਕਰ ਦਾਂਗੇ ਨੌਜਵਾਨਾਂ ਵੀ ਛੱਟਾ ਮਾਰਦੇ ਨੌਜਵਾਨਾਂ ਵੀ ਛੱਟਾ ਹਾਏ ਰੱਬਾ ਵੀ ਬੱਜਣਾ ਕਿਸੇ ਗੱਲ ਕਰ ਗਿਆ ਉਹਨੇ ਉਹਨੂੰ ਵਾਪਸ ਮੋੜ ਦਿੱਤਾ ਵੀ ਨੌਜਵਾਨਾਂ ਰੁਕ ਜਾ ਮੈਨੂੰ ਕਰ ਲੈਣਗੇ ਵੀ ਸਾਰੀ ਗੱਲ ਮੇਰੇ ਤੇ ਆ ਮੇਰੇ ਤੇ ਆ ਵੀ ਸ਼ੈਲੀ ਨੂੰ ਉਸ ਗੱਲ ਦਾ ਪਤਾ ਹੈ ਵੀ ਜੇ ਸ਼ੈਲੀ ਦੇ 5 ਬੋਲਾਂ ਪਾਕੀ ਖੇਡ ਗਿਆ ਨਾ ਉਹਨੇ ਕਹਾਣੀ ਕਿਤੇ ਨੂੰ ਕਿਤੇ ਲਾ ਦੇਣੀ ਹੈ ਉਹਨੇ ਕਿਤੇ ਨੂੰ ਕਿਤੇ ਲਾ ਦੇਣੀ ਹੈ ਔਰ ਉਸ ਵੇਲੇ ਫਿਰ ਮੁੰਡਾ ਸਾਹਮਣਾ ਕਰ ਗਿਆ ਮੇਰੇ ਵੀਰੋ ਤੇ ਪੈਂਦੀ ਪਾਲ ਤੇ ਮੁੰਡਾ ਕਹਿੰਦੇ ਸਾਹਮਣੇ ਸ਼ੈਲੀ ਤੇ ਪਾਲ ਹਵਾ ਵਿੱਚ ਤੇ 3 ਖਿਡਾਰੀ ਪਿੱਛੇ ਆ ਤੇ ਮਿੰਟੋ ਵੀ ਆ ਗਈ ਛਿੰਦੋ ਵੀ ਆ ਗਈ ਆ ਗਿਆ ਟੱਪਰ ਸਾਰਿਆਂ ਦੀ ਪਰ ਕੈਚ ਕਿਸੇ ਨੇ ਨਹੀਂ ਕੀਤਾ ਪਰ ਰਨ ਆਊਟ ਜ਼ਰੂਰ ਹੋ ਗਿਆ ਕੈਚ ਹੀ ਨਹੀਂ ਕਰਦਾ ਲਓ ਜੀ ਉੱਧਰ ਪ੍ਰੀਤੀ ਮੈਡਮ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈ ਕਿ ਜੇ ਅੱਜ ਰਾਇਲ ਪੈਥਰ ਦੀ ਟੀਮ ਪ੍ਰੀਤੀ ਮੈਡਮ ਦੀ ਟੀਮ ਜਿੱਤਦੀ ਹੈ ਨਾ ਉਹ ਮੀਤ ਫਾਊਂਡੇਸ਼ਨ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਇਹਨਾਂ ਦੀ ਟੀਮ ਨੂੰ ਬਹੁਤ ਜ਼ਿਆਦਾ ਜਿਹੜਾ ਸਮਰਥਨ ਵੀ ਦਿੱਤਾ ਔਰ ਇਹਨਾਂ ਨੂੰ ਟੀਮ ਨੇ ਬਹੁਤ ਸਪੋਰਟ ਕੀਤੀ ਆ ਵੀ ਉਹਨਾਂ ਨੂੰ ਡੈਡੀਕੇਟਡ ਹੋਵੇਗੀ ਉਹਨਾਂ ਨੂੰ ਸਮਰਪਿਤ ਹੋਵੇਗੀ ਇੱਕ ਵੱਡੀ ਜਿਹੜੀ ਧੰਨਵਾਦ ਵੱਡੀ ਜਿਹੜੀ ਸੋਚ ਬਹੁਤ ਵਧੀਆ ਸੋਚ ਆ ਮੈਡਮ ਦੀ ਹੁਣ ਪ੍ਰੀਤੀ ਜੀ ਕਹਿੰਦੇ ਆ ਵੀ ਜੇ ਅੱਜ ਆਹ ਟੀਮ ਰਾਇਲ ਪੈਂਥਰ ਦੀ ਜਿੱਤਦੀ ਆ ਨਾ ਇਹ ਜਿੱਤ ਜਿਹੜੀ ਮੀਤ ਫਾਊਂਡੇਸ਼ਨ ਵੀ ਸਾਡੇ ਜਿਹੜੇ ਮੀਤ ਬਾਈ ਜੀ ਮਤਲਬ ਜੀ ਇਸ ਮੁੰਡੇ ਨੂੰ ਹਰ ਹਮੇਸ਼ਾ ਲਈ ਅਲਵਿਦਾ ਕਹਿ ਕੇ ਉਹ ਟੁੱਟਦੇ ਤਾਰੇ ਵਿੱਚ ਜਾ ਜੁੜਿਆ ਉਹਨਾਂ ਨੂੰ ਸਮਰਪਿਤ ਹੋਵੇਗੀ ਕਿਉਂਕਿ ਟੁੱਟਦੇ ਤਾਰੇ ਕਦੇ ਜ਼ਮੀਨ ਉੱਤੇ ਡਿੱਗਦੇ ਨਹੀਂ ਹੁੰਦੇ ਕਿ ਸੂਰਜ ਕਦੇ ਵੀ ਵਿੱਚ ਕਰਾਹੇ ਇਹ ਗੱਲਾਂ ਸੱਚੀਆਂ ਨੇ ਕਿਉਂਕਿ ਮਰਗਿਆਂ ਦੇ ਪਿੱਛੋਂ ਲੋਕੀ ਪਾਉਂਦੇ ਕਹਾਣੀਆਂ ਵੀ ਮਾਨਾ ਮਰ ਜਾਣਾ ਤੇ ਪਿੱਛੇ ਯਾਦਾਂ ਰਹਿ ਜਾਣੀਆਂ ਯਾਦਾਂ ਨੂੰ ਲੋਕ ਯਾਦ ਕਰਦੇ ਆ ਫਿਰ ਯਾਦਾਂ ਰਹਿ ਜਾਂਦੀਆਂ ਲਓ ਸਾਹਮਣੇ ਕਹਿੰਦੇ ਬੋਲਾਂ ਪਾਉਣ ਦੇ ਮੁੰਡਾ ਤਿਆਰ ਬਰ ਤਿਆਰ ਤੇ ਆਹ ਮੁੰਡਾ ਕਹਿੰਦੇ ਸਾਹਮਣੇ ਇਸ ਵੇਲੇ ਬਾਲ ਨੋ 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 ਬਾਲ ਹੋ ਗਈ ਹੈ ਨੋ ਬਾਲ ਹੋ ਗਈ ਹੈ ਨੋ ਬਾਲ ਹੋ ਗਈ ਹੈ ਇਹਨੂੰ ਸਮਝਾ ਲਾ ਪਹਿਲਾਂ ਸਮਝਾ ਲਿਆ ਨੂੰ ਇਹਨੇ ਇੱਕ ਦਮ ਮੱਥਾ ਮੁੱਥਾ ਪਾੜ ਦੇਣਾ ਮੈਨੂੰ ਗੁੱਸਿਆ ਕਿ ਜਿਹੜੇ ਹਿਸਾਬ ਨਾਲ ਬੋਲਾਂ ਪਾ ਰਿਹਾ ਨਾ ਇੱਕ ਦਮ ਮੱਥਾ ਪਾੜ ਨੂੰ ਪਿਆ ਫਿਰਦਾ ਇਹ ਤਾਂ ਕਹਿੰਦੇ ਭਜਾਕੀਆਂ ਮਾਰਦਾ ਬੋਲਾਂ ਇਹਨੂੰ ਸਮਝਾ ਲਾ ਨੌਜਵਾਨ ਸਮਝਾ ਲੈ ਵੀ ਬਾਲ ਨੋ ਹੋ ਗਈ ਹੈ ਇੱਕ ਵਾਧੂ ਰਨ ਤੇ ਵਾਧੂ ਬਾਲ ਜੁੜ ਗਈ ਹੈ ਫਰੀ ਹੈਂਡ ਦੇ ਇਸ਼ਾਰੇ ਪਾਰਾਂ ਦੇ ਪੈਂਦੀ ਪਾਲ ਤੇ ਮੁੰਡਿਆਂ ਡੱਕਾ ਤੂੰ ਵੀ ਨਹੀਂ ਤੋੜਿਆ ਡੱਕਾ ਤੂੰ ਵੀ ਨਹੀਂ ਤੋੜਿਆ ਨੋ ਬਾਲ ਤੇ ਛੱਕਾ 100% ਲੱਗ ਨਹੀਂ ਪੈਂਦਾ ਪਰ ਛੱਕਾ ਨਹੀਂ ਵੱਜਿਆ ਛੱਕਾ ਨਹੀਂ ਵੱਜਿਆ ਜੇ ਸ਼ੈਲੀ ਮੁਰੇ ਹੁੰਦਾ ਨਾ ਤਾਂ ਗੱਲ ਹੋਰ ਹੋ ਜਾਣੀ ਸੀ ਉਹ ਤਾਂ ਸਰਫਰਾਜ ਭਾਈ ਕਹਿੰਦੇ ਆ ਵੀ ਸਨਮਾਨ ਵੱਡਾ ਕਰ ਦੇਣਾ ਸੀ ਜੀ ਸਨਮਾਨ ਵੱਡਾ ਕਰ ਦੇਣਾ ਸੀ ਇਸ ਵੇਲੇ ਬਾਲ ਜਿਹੜੀ ਡੋਟ ਹੋ ਗਈ ਡੋਟ ਹੋ ਗਈ ਤੇ ਰਨ ਜਿਹੜਾ ਉਹਨੇ ਨਹੀਂ ਲਿਆ ਰਨ ਜਿਹੜਾ ਨਹੀਂ ਲਿਆ ਇੱਕ ਬਾਲ ਬਾਕੀ ਸੋਬਰ ਦੀ ਇੱਕ ਬਾਲ ਜਿਹੜਾ ਸੋਬਰ ਦੀ ਬਾਕੀ ਤੇ ਮੁੰਡਾ ਸਾਹਮਣੇ ਕਰ ਲਈ ਤਿਆਰ ਬਰ ਤਿਆਰ ਲੈ ਵੀ ਸ਼ੈਲੀ ਖਿੱਚੋ ਨੌਜਵਾਨ ਦਾ ਤਿਆਰੀ ਸਮਝਾ ਲੈ ਨੂੰ ਪਰ ਇਸ ਵੇਲੇ ਓਵਰ ਦੀ ਸਮਾਪਤੀ ਤੇ ਵੀਰ ਸਾਡਾ ਕਹਿੰਦਾ 4 ਓਵਰ 23 ਹੈ ਜੀ 4 ਓਵਰ ਦੇ ਹਾਲੇ ਵੀ ਬੋਲਾਂ 24 ਤੇ ਸਕੋਰ 23 ਹੈ ਰਨ ਥੋੜਿਆ ਮਿੱਤਰਾ ਥੋੜਿਆ ਕਾਕੋ ਵਾਲੀਏ ਨੇ ਇੱਕ ਓਵਰ ਚ ਮਾਰ ਦੇਣਾ ਮੈਨੂੰ ਦੱਸਿਆ ਕਾਕੋ ਵਾਲੀਏ ਪਿੱਲੇ ਨੇ ਇੱਕ ਓਵਰ ਚ ਮਾਰ ਦੇਣਾ ਉਹ ਬਾਲਾ ਕੱਬਾ ਬਾਲਾ ਕੱਬਾ ਬਾਲਾ ਕੱਬਾ ਉਹਨੂੰ ਦੁਨੀਆ ਜਾਣਦੀ ਹੈ ਕਾਕੋ ਵਾਲੀਏ ਨੇ ਇੱਕ ਓਵਰ ਚ ਮਾਰ ਦੇਣਾ ਲੈ ਵੀ ਸ਼ੈਲੀ ਇੱਕ ਓਵਰ ਦੀਆਂ 6 ਬੋਲਾਂ ਬਾਕੀਆਂ ਬਾਕੀਆਂ ਮਿੱਤਰਾ ਵੀ 6 ਵਿੱਚ ਘੱਟੋ ਘੱਟ 3 ਛੱਕੇ ਤਾਂ ਮਾਰਨੇ ਬਣਦੇ ਆ ਵੀ 3 ਛੱਕੇ ਤਾਂ ਮਾਰਨੇ ਬਣਦੇ ਆ ਹਾਂਜੀ ਬਾਲਰ ਦਾ ਨਾਮ ਮੈਡਮ ਜੀ ਜ਼ਰੂਰ ਦੱਸਦੀ ਪਰ ਕੌਣ ਹੈ ਸਾਊਂਡ ਵਾਲਾ ਵੀਰ ਜੇ ਮੇਰੀ ਆਵਾਜ਼ ਨੂੰ ਸੁਣਦਾ ਉਹ ਸਾਡੇ ਤਾਂ ਸੰਪਰਕ ਕਰਦੇ ਸਾਊਂਡ ਵਾਲਾ ਵੀਰ ਜੇ ਮੇਰੀ ਆਵਾਜ਼ ਨੂੰ ਸੁਣਦਾ ਸਾਡਾ ਸੰਪਰਕ ਕਰ ਲਈ ਨਾਲ ਸਾਹਮਣੇ ਖੇਡ ਮੈਚ ਮੈਡਮ ਜੀ ਬਾਲਰ ਦਾ ਨਾਮ ਜ਼ਰੂਰ ਦੱਸੇ ਕਿਹਨੇ ਬਣਿਆ ਸ਼ਾਹ ਨਵਾਜ਼ ਸ਼ਾਹ ਨਵਾਜ਼ ਨੇ ਬਾਲ ਪਾਉਣੀ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ
ਲਾਉ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਬੋਲਾਂ ਪਾਉਣ ਲਈ ਸ਼ਾਨ ਆਵਾਜ਼ ਪਿਆਰ ਵਰ ਪਿਆਰ ਮੇਰੇ ਵੀਰੋ ਸ਼ੈਲੀ ਨੂਰ ਵਾਲਾ ਦੀ ਧਰਤੀ ਦਾ ਕਹਿੰਦੇ ਸਿੰਘ ਨਗਰ ਸਿੰਘ ਰਾਏ ਦਾ ਭਾਜੀ ਭਾਲ ਦੇ ਮੁੰਡੇ ਨੇ ਕਹਿੰਦੇ ਸਾਹਮਣੇ ਜੱਟ ਦਾ ਐਲਾਨ ਨੌ ਬਾਲ ਤੇ ਚਾਰ ਰਨ ਦੇ ਵਾਧੇ ਤੇ ਪੰਜ ਰਨ ਵਾਧੂ ਜੋੜ ਗਿਆ ਸਾਡਾ ਵੀਰ ਬਿੰਪਲ ਚਾਹਲ ਜੱਸੀਆਂ ਵਾਲਾ ਉਹ ਵੀ ਸਾਡੇ ਨਾਲ ਲਾਈਵ ਜੁੜੇ ਹੋਏ ਆ ਧੰਨਵਾਦ ਵੀਰ ਦੇ ਮੈਦਾਨ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸਾਡਾ ਧੰਨਵਾਦ ਵੀਰ ਕਹਿੰਦੇ ਉਹਨੇ ਵੀ ਖੇਡਣਾ ਉਹਨਾਂ ਦੀ ਟੀਮ ਵੀ ਪੁੱਜ ਰਹੀ ਹੈ ਇੱਥੇ ਔਰ ਖੇਡ ਮੈਦਾਨ ਦੇ ਵਿੱਚ ਚਾਰ ਰਨ ਦੇ ਵਾਧੇ ਬਾਲ ਨੌ ਹੋ ਗਈ ਅਤੇ ਸਾਹਮਣੇ ਮੇਰੇ ਵੀਰੋ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਬੋਲ ਪਾਏਗਾ ਤੇ ਫ੍ਰੀ ਇੱਕ ਹਾਲੇ ਵੀ ਬਾਕੀ ਆ ਨੌਜਵਾਨ ਫ੍ਰੀ ਇੱਕ ਜਾਰੀ ਆ ਫ੍ਰੀ ਇੱਕ ਜਾਰੀ ਆ ਤੇ ਸ਼ੈਲੀ ਆ ਨੂਰਵਾਲ ਜਾ ਰਹੀ ਸ਼ੈਲੀ ਬਿਨਾਂ ਬੋਲ ਤੋਂ ਛੇ ਆ ਗਿਆ ਮਿੱਤਰਾ ਹਾਲੇ ਦੋ ਤਿੰਨ ਛੱਡੇ ਹੋਰ ਵੱਜਣੇ ਬਾਕੀ ਆ ਇੱਥੇ ਤੂੰ ਮਾਰ ਸਕਦਾ ਤੂੰ ਤਕੜਾ ਤਕੜਾ ਨੌਜਵਾਨ ਤੂੰ ਮਾਰ ਸਕਦਾ ਸਰਫਰਾਜ ਭਾਈ ਨੇ ਵੱਡਾ ਮਾਰ ਕੀਤਾ ਔਰ ਇਸ ਵੇਲੇ ਖੇਡ ਮੈਦਾਨ ਦੀ ਸ਼ੈਲੀ ਨੂਰਵਾਲ ਦਾ ਸਾਹਮਣਾ ਕਰੇਗਾ ਪ੍ਰੀਤੀ ਮੈਡਮ ਕਹਿੰਦੇ ਪਾਲਰ ਨੂੰ ਤੂੰ ਇੱਕ ਵੱਡਾ ਸਨਮਾਨ ਕਰਨਾ ਲਓ ਜੀ ਨੌ ਬਾਲ ਤੇ ਛੇ ਜੁੜ ਗਿਆ ਬਾਈ ਜੇ ਜਾ ਕੇ ਸ਼ੈਲੀ ਦੇ ਛੱਕੇ ਬਦਲ ਕੇ ਤਾੜੀ ਮਾਰਦੇ ਪਰ ਜ਼ੋਰ ਦੇ ਨਾਲ ਵੀ ਦੁਨੀਆ ਛੱਕੇ ਮਾਰਦੀ ਹੈ ਨੌਜਵਾਨ ਸੁੱਤੇ ਮਾਰਦਾ ਆਹ ਮੁੰਡਾ ਸੁੱਤੇ ਮਾਰਦਾ ਅਨੀਤ ਸਰ ਤੇ ਅਨੰਦ ਸਰ ਇਹ ਆਪਣੇ ਅਗਲੀਆਂ ਟੀਮਾਂ ਦੀ ਟੌਸ ਪਵਾ ਲੈਣ ਅਨੀਤ ਸਰ ਕੋਲ ਚਲ ਜਾਣਗੀ ਅਨੀਤ ਸਰ ਤੇ ਅਨੰਦ ਸਰ ਲਓ ਜੀ ਖੇਡ ਮੈਦਾਨ ਚ ਸੱਤ ਰਨ ਵੀ ਬਿਨਾਂ ਬਾਲ ਤੋਂ ਮੈਡਮ ਜੀ ਸੱਤ ਦੇ ਛੇ ਤੇਰਾਂ ਰਨ ਆ ਗਿਆ ਬਿਨਾਂ ਬਾਲ ਤੋਂ ਹਾਲੇ ਤੱਕ ਇੱਕ ਵੀ ਬਾਲ ਨਹੀਂ ਹੋਈ ਇੱਕ ਵੀ ਬਾਲ ਨਹੀਂ ਹੋਈ ਬਿਨਾਂ ਬਾਲ ਤੋਂ ਜਿਹੜੇ ਤੇਰਾਂ ਰਨ ਆ ਗਏ ਇਹਨੂੰ ਮੈਨੂੰ ਲੱਗਦਾ ਗਰਮੀ ਲੱਗ ਗਈ ਇਹਨੂੰ ਸਮਝਾ ਲਓ ਇਹਨੂੰ ਪਾਣੀ ਪੂਣੀ ਪਿਲਾਓ ਇਹਨੂੰ ਪਾਣੀ ਪੂਣੀ ਪਿਲਾਓ ਇਹਨੂੰ ਪਾਣੀ ਪੂਣੀ ਪਿਲਾਓ ਇਹਨੂੰ ਪਾਣੀ ਪੂਣੀ ਪਿਲਾਓ ਪਹਿਲਾਂ ਸਮਝਾ ਲਾ ਇਹਨੂੰ ਜਿੰਨੀ ਤੁਹਾਡੀ ਬੜੀ ਬੜੀ ਖੇਡ ਆ ਉਸ ਉਮਰ ਚ ਵਿਗੜਿਆ ਨੇ ਮੈਂ ਤੁਹਾਨੂੰ ਦੱਸਿਆ ਨੂਰ ਵਾਲੇ ਨੇ ਬੜਾ ਧੜਾ ਨੂਰ ਵਾਲੇ ਬੜਾ ਧੜਾ ਉਹਨੂੰ ਪਤਾ ਬਾਲ ਨੌ ਵਾਲਾ ਫ੍ਰੀ ਹਿੱਟ ਹਾਲੇ ਵੀ ਬਾਕੀ ਹੈ ਫ੍ਰੀ ਹਿੱਟ ਹਾਲੇ ਵੀ ਬਾਕੀ ਹੈ ਵਾਈਡ ਬਾਲ ਆ ਗਈ ਵਾਈਡ ਬਾਲ ਬਿਨਾਂ ਬਾਲ ਤੋਂ 14 ਰਨ ਗਿਰ ਗਿਆ ਛੇ ਬਾਲਾਂ ਬਾਕੀ ਨੀ ਕੋਈ ਬਾਲ ਨਹੀਂ ਹੋਈ ਇਸ ਓਵਰ ਇਸ ਓਵਰ ਵੀ ਇੱਕ ਵੀ ਬਾਲ ਨਹੀਂ ਹੋਈ ਇਸ ਓਵਰ ਵੀ ਇੱਕ ਵੀ ਬਾਲ ਨਹੀਂ ਹੋਈ ਤੇ ਰਨ 14 ਆ ਗਿਆ 14 ਰਨ ਆ ਗਏ ਤੇ ਆਹ ਓਵਰ ਬੜਾ ਲੱਕੀ ਓਵਰ ਹੈ ਲਾਬੀ ਨੂਰ ਵਾਲੀ ਸ਼ੈਲੀ ਹੈ ਇਸੇ ਨਗਰ ਵਾਲਾ ਇਸੇ ਪਿੰਡ ਵਾਲਾ ਕਿ ਆਪਣੇ ਗਰਾਈ ਕੋਲ ਹਾਲ ਪੁੱਛਿਆ ਪਿੰਡ ਦਾ ਕਿ ਮਰ ਜਾਣੇ ਮਨ ਆ ਕੇ ਪੰਜਾਬ ਜਾਂਦਾ ਖੇਡਦਾ ਕਦੇ ਕਿਸੇ ਰਾਵੀ ਕੋਲ ਰੱਖਦਾ ਕਿਤਾਬ ਹੋਵੇ ਕਿ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ ਗੁਰਦਾਸ ਮਾਨ ਸਾਹਿਬ ਨੇ ਆਪਣੇ ਗੀਤਾਂ ਵਿੱਚ ਗੱਲਾਂ ਕਰੀਆਂ ਤੇ ਮੱਖਣ ਬਰਾੜ ਜਦੋਂ ਵੀ ਲਿਖਦਾ ਇਹ ਸੋਚੀਆਂ ਦੇ ਖਰੀਆਂ ਹੋਈਆਂ ਲਿਖਦਾ ਬਿਨਾਂ ਬਾਲ ਤੋਂ 14 ਰਨ ਦੇ ਉੱਪਰ ਜਾ ਗਿਆ ਬਿਨਾਂ ਬਾਲ ਤੋਂ 14 ਰਨ ਦੇ ਉੱਪਰ ਜਾ ਗਿਆ ਲਓ ਸਾਹਮਣੇ ਕਹਿੰਦੇ ਬੋਲਾਂ ਪਾਉਣ ਲਈ ਸ਼ਾਨ ਆਵਾਜ਼ ਤਿਆਰ ਵਰ ਤਿਆਰ ਤੇ ਨੂਰਵਾਲ ਦੀ ਧਰਤੀ ਸ਼ੈਲੀ ਮੇਰੇ ਵੀਰੋ ਤਿਆਰ ਵਰ ਤਿਆਰ ਆਹ ਮੁੰਡਾ ਪਾਠ ਪਰਿਵਾਰ ਦਾ ਸ਼ੈਲੀ ਹੈ ਇਹਦੇ ਬੜੇ ਚਰਚੇ ਹੈ ਕਿ ਚੱਕ ਕਰੀ ਇਤਿਹਾਸ ਹੀ ਔਰ ਬੰਦੇ ਕਿੰਨੇ ਖਾਸ ਕਿੰਨੇ ਪੁੰਨ ਕਿੰਨੇ ਪਾਪ ਬੋਲਦੇ ਵੀ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਵੀ ਸਾਡੇ ਪੱਲੇ ਅਰਕਾਰ ਬੋਲਦੇ ਵੀ ਸਾਡੇ ਪੱਲੇ ਅਰਕਾਰ ਬੋਲਦੇ ਭਾਈ ਕੀ ਭਾਸ਼ਾ ਸ਼ੈਲੀ ਦੇ ਟਿੱਕੇ ਚੜ ਗਿਆ ਸਮਝੋ ਮਰ ਜਾ ਗਿਆ ਵੀ ਜਿਹੜਾ ਸ਼ੈਲੀ ਦੇ ਟਿੱਕੇ ਚੜ ਗਿਆ ਸਮਝੋ ਮਰ ਜਾ ਗਿਆ ਆਹ ਸ਼ੈਲੀ ਆਹ ਸ਼ੈਲੀ ਮੈਂ ਤੁਹਾਨੂੰ ਦੱਸਿਆ ਪਿਛਲੇ ਓਵਰ ਰੋਕੇ ਇਹਨੂੰ ਪਤਾ ਸੀ ਵੀ ਬਿੱਲੇ ਹੁਣਾਂ ਦੇ ਓਵਰ ਕੱਢ ਦੀਏ ਵੀ ਅਗਲਾ ਓਵਰ ਤਾਂ ਇੱਕ ਅੱਧਾ ਵਧੀਆ ਆ ਹੀ ਜਾਣਾ ਇਹ ਬੜਾ ਦਿਮਾਗੀ ਖਿਡਾਰੀ ਹੈ ਬੜਾ ਦਿਮਾਗੀ ਖਿਡਾਰੀ ਹੈ ਕਿਉਂਕਿ ਖੇਡਾਂ ਵਿੱਚੋਂ ਖੇਡ ਫਿੱਟ ਜਿਹਨੂੰ ਆਖਦੇ ਕ੍ਰਿਕਟ ਇਹ ਖੇਡੀ ਨਹੀਂ ਜਾਂਦੀ ਖਾਂਦੇ ਸਾਗ ਮਿੱਤਰੋ ਕ੍ਰਿਕਟ ਖੇਡਣ ਲਈ ਲਾਉਣਾ ਪੈਂਦਾ ਦਿਮਾਗ ਇਹਦਾ ਦਿਮਾਗ ਬੜਾ ਇਹਦਾ ਦਿਮਾਗ ਬੜਾ ਇਹ ਪਿਗੜਾ ਵੀ ਮਾੜਾ ਤੇ ਬਾਕੀ ਤੇਰਾ ਲਿਖ ਤੂੰ ਸੋਹਣ ਦੇ ਆਦੇ ਨਾਮ ਜਿੰਨੇ ਨਾ ਜੀਤੀ ਲੋੜ ਦੋਸਤੇ ਸ਼ਾਨ ਆਵਾਜ਼ ਆਉਂਦੀ ਆ ਗਰਮੀ ਦਾ ਵੀ ਜੇ ਸ਼ਕਤ ਹੋਰ ਬਣਦਾ ਤੇ ਮਿੱਤਰਾ 200 ਰੁਪਇਆ ਸਰਫਰਾਜ ਕਹਿੰਦੇ 200 ਦੇ ਦਾਂਗੇ ਮਿੱਤਰਾ ਜੇ ਇੱਕ ਸ਼ਕਤ ਹੋਰ ਮਾਰਦਾ ਸਰਫਰਾਜ ਬਾਈ ਕਹਿੰਦੇ 200 ਦੇ ਦਾਂਗੇ 200 ਦੇ ਦਾਂਗੇ ਲਾ ਵੀ ਸਰਫਰਾਜ ਕਹਿੰਦਾ 200 ਦੇਣਗੇ ਤੇ ਸ਼ਕਤ ਬਜੀ ਫੇਰ ਬੋਲ ਦਿਓ
ਸ਼ੈਲੀ ਬੜੇ ਦਿਮਾਗੀ ਖਿਡਾਰੀ ਹੈ ਉਹਨੇ ਪਿਛਲੇ ਸਾਰੇ ਉਹ ਰੋਕ ਲਿਆ ਉਹਨੂੰ ਪਤਾ ਸੀ ਸ਼ੈਲੀ ਨੇ ਗਵਾ ਦਿੱਤੀ ਹੋਣੀ ਆ ਲਾਭੀ ਸ਼ੈਲੀ ਨੌਜਵਾਨ ਤਾਰੋ ਪਿਆਰੀ ਰਾਜੂ ਤਿੰਨ ਵੱਲੋਂ ਤਿੰਨ ਛੱਕੇ ਫੋਨ ਮਾਰ ਦੇ ਕਿ ਚੁੱਟੀਆਂ ਨੇ ਤਾੜੀਆਂ ਆਪਣੀਆਂ ਮਾਰ ਦੇਣੀਆਂ ਇੱਧਰ ਮੈਂ ਕੋਈ ਸਰਫਰਾਜ ਬਾਈ ਜੀ ਖੜੇ ਆ ਕਹਿੰਦੇ 200 ਰੁਪਏ ਤੈਨੂੰ ਛੱਕੇ ਦਾ ਦੇ ਦਾਂਗੇ ਨੌਜਵਾਨਾਂ ਵੀ ਛੱਕੇ ਦਾ 200 ਰੁਪਏ ਦੇਵਾਂਗੇ ਸ਼ਾਨ ਵਾਲੇ ਖਿੱਚਲਾ ਪਿਆਰੀ ਨੌਜਵਾਨਾਂ ਪਿਆਰੀ ਖਿੱਚਲਾ ਭਾਜੀ ਬੋਲਾਂ ਮੰਗਾ ਲਿਓ ਜ਼ਰੂਰ ਅਨੀਸ਼ ਭਾਜੀ ਆਪਾਂ ਪ੍ਰਬੰਧਕ ਵੀਰੇ ਬੇਨਤੀ ਕਰਦਾ ਆਪਾਂ ਬਲੈਂਡਰ ਜ਼ਰੂਰ ਖਾ ਲਈਏ ਵੀ ਬੋਲਾਂ ਚੱਕਣ ਦੀ ਡਿਊਟੀ ਆਪਾਂ ਜ਼ਰੂਰ ਲਵਾਈਏ ਬੋਲਾਂ ਮੰਗਾ ਬੇਨਤੀ ਕਰਦਾ ਜੀ ਪਿੱਛੋਂ ਤਾਂ ਗਰਾਊਂਡ ਖਾਲੀ ਕਰਦੀ ਪਿੱਛੋਂ ਗਰਾਊਂਡ ਖਾਲੀ ਕਰਦੀ ਸਾਹਮਣੇ ਸ਼ੈਲੀ ਨੂਰ ਜਿਹੜੀ ਮਰਜ਼ੀ ਵੀ 200 ਦੀ ਹੋਵੇਗੀ ਚਾਰ ਛੱਕੇ ਲਗਾਤਾਰ ਵੱਜ ਗਿਆ ਭਾਜੀ ਬਾਲ ਹੋ ਗਈ ਪ੍ਰੈਸ਼ਰ ਸਾਫ਼ ਨਜ਼ਰ ਆ ਰਿਹਾ ਬਾਲਰ ਤੇ ਪ੍ਰੈਸ਼ਰ ਸਾਫ਼ ਨਜ਼ਰ ਆ ਰਿਹਾ ਹੁਣ ਤੱਕ ਇਹਨੂੰ 39 ਆ ਗਿਆ 39 ਇਕੱਲੇ ਨੂੰ 39 ਆ ਗਿਆ ਚਾਰ ਬੋਲਾਂ ਹੋਈਆਂ ਦੇ ਦੋ ਬੋਲਾਂ ਬਾਕੀ ਆ ਇਕੱਲੇ ਨੂੰ 39 ਆ ਗਿਆ ਇਕੱਲੇ ਨੂੰ 39 ਆ ਗਿਆ ਇਕੱਲੇ ਨੂੰ 39 ਆ ਗਿਆ ਵੱਡਾ ਓਵਰ ਆ ਇਹਨੂੰ ਸਮਝਾ ਲੈ ਕਿ ਜਿਹੜੇ ਹਿਸਾਬ ਨਾਲ ਸਮਾਨਬਾਜ਼ ਪੂਰ ਜਾਂਦਾ ਚਾਲੀ ਰਨ ਚਾਰ ਬੋਲਾਂ ਚੱਲ ਗਏ ਆ 16 ਦੇ ਫੜੇ ਸੀ ਆਊਟ ਤਾਂ 200 ਰੁਪਿਆ ਪਰ ਬਾਲ ਫੇਰ ਬਾਏ ਪਰ ਪ੍ਰਚਾਰ ਵੀ ਨਹੀਂ ਮੈਨੂੰ ਲੱਗਦਾ ਚੌਂਕਾ ਵੀ ਜਿਹੜਾ ਦੱਸੀਏ ਹੋਇਆ ਜਾਂ ਨਹੀਂ ਹੋਇਆ ਜੀ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ 68 ਰਨ ਨੰਬਰ ਸੀ ਤੇ 79 ਦਾ ਟਾਰਗੇਟ ਸੈੱਟ ਹੋਇਆ ਇਸ ਵੇਲੇ ਔਰ ਇੱਕ ਪਾਸੇ ਖਿਆਜ ਹੋਇਆ ਮੇਰੇ ਵੀਰੋ ਤੇ ਦੂਜੇ ਪਾਸੇ ਬਿੱਲਾ ਕਾਕੋ ਵਾਲੀ ਹੈ
ਔਰ ਇਸ ਵੇਲੇ ਪੱਲਾ ਪਾਉਣ ਦੀ ਜਾਂਚ ਦੀ ਸੀ ਨਾ ਬਾਈ ਜੀ, ਜਾਂਚ ਦੀ ਸੀ ਕਿਤੇ ਬਾਹਰ ਪੜ ਗਿਆ ਕੀਪਰ ਪਹਿਲੀ ਬਾਲ ਤੇ ਖੜਕਾ ਤੋੜ ਕੇ ਕਰ ਦਿੱਤਾ ਵੀ ਪਹਿਲੀ ਪੇਸ਼ੀ ਯਾਰ ਛੁੱਟ ਗਏ ਲੱਡੂ ਵੱਧ ਵੀ ਕਚਹਿਰੀ ਆਵਾਂ ਮੈਂ ਪਹਿਲੀ ਪੇਸ਼ੀ ਯਾਰ ਛੁੱਟ ਗਏ ਵੀ ਲੱਡੂ ਵੱਧ ਵੀ ਕਚਹਿਰੀ ਆਵਾਂ ਕਦੋਂ ਚਾਰ ਮੁੰਡੇ ਦੇ ਮੁੰਡੇ ਕਰਦਾ ਅਬਜੈਕਸ਼ਨ ਹੋਏਗੀ ਤੁਸੀਂ ਗੱਲ ਦੀ ਅਬਜੈਕਸ਼ਨ ਹੋਈ ਹੈ ਜੀ ਸਾਡੀ ਗੁੱਟ ਦੀ ਗੁੱਟ ਦੀ ਅਬਜੈਕਸ਼ਨ ਹੋਈ ਹੈ ਉੱਧਰ ਪੈਸਾ ਨੇ ਅਬਜੈਕਸ਼ਨ ਕੀਤੀ ਹੈ ਮੈਂ ਪੈਸੇ ਦੇ ਗੱਲ ਧਿਆਨ ਰੱਖਣਾ ਜੀ ਉੱਥੇ ਪੈਦੀ ਬਾਲ ਦੇ ਸਾਹਮਣੇ ਕਰੇ ਮੁੰਡਾ ਫਲੈਟ ਸਾਹਮਣੇ ਕਰੇ ਹੈ ਤੇ ਪੈਦੀ ਬਾਲ ਦੇ ਮੁੰਡਾ ਕਹਿੰਦੇ ਉਹ ਦਿਖਾਵੇ ਵੀ ਬਾਲ ਬਾਲਦਾ ਜੀ ਬਾਲਦਾ ਪਰ ਇਸ਼ਾਰੇ ਤੇ ਜ਼ਰੂਰ ਦਿਖਾਵੇ ਵਾਈਡ ਬਾਲ ਦੀ ਅਬਜੈਕਸ਼ਨ ਜਿਹੜੀ ਬੈਟਸਮੈਨ ਵੱਲੋਂ ਕੀਤੀ ਗਈ ਹੈ ਸਾਹਮਣੇ ਖੇਡ ਦੇ ਮੈਦਾਨ ਵਿੱਚ ਚਾਰ ਰਨ ਜਿਹੜੇ ਜ਼ਰੂਰ ਹੋਣਗੇ ਜੀ ਚਾਰ ਰਨ ਦੇਵਾਂ ਤੇ ਹੋ ਗਿਆ ਮਿੱਤਰਾ ਅਭੀ ਕਾਕੋ ਵਾਲੀ ਹੈ ਤੇਰੇ ਨਾਲ ਇੱਕ ਯਾਰ ਨੂੰ ਖੜਨ ਦੀ ਲੋੜ ਹੈ ਵੀ ਕਿ ਤੇਰੇ ਨਾਲ ਵੀ ਚੌਕੇ ਛੱਡੇ ਵੱਜਦੇ ਰਹੇ ਫਿਰ ਸੱਤਰਾਂ ਦਾ ਟਾਰਗੇਟ ਤਾਂ ਮੇਰੇ ਜੀ ਤਿੰਨ ਓਵਰਾਂ ਜੀ ਪੂਰੇ ਹੋ ਜਾਣਾ ਮੈਂ ਤੁਹਾਨੂੰ ਦੱਸਿਆ ਵੀ ਕਾਕੋ ਵਾਲੀ ਹੈ ਨਾ ਤਿੰਨ ਜੀ ਪੂਰੇ ਕਰ ਦੇਣੇ ਆ ਤੇ ਉਹਦੇ ਬੜੇ ਬੜਾ ਨੂੰ ਭਾਵੇ ਜੇ ਤੇ ਜਿੱਤੇ ਆ ਅੱਜ ਕਾਕੋ ਵਾਲੀ ਹੈ ਬਿੱਲਾ ਜੇ ਪੇੜ ਯਾਰ ਵੀ ਉਹਨੇ ਸ਼ੈਲੀ ਨਾਲ ਵੱਧ ਘੁੱਟਣਾ ਮੈਨੂੰ ਦੱਸਿਆ ਵੀ ਜਿਹੜੇ ਹਿਸਾਬ ਨਾਲ ਸ਼ੈਲੀ ਨੇ 45 ਮਾਰੇ ਨਾ ਅੱਜ ਬਿੱਲੇ ਦੇ ਵੀ ਕਹਿੰਦੇ ਕਹਿਣ ਕੱਲਾ ਕੱਲਾ ਨੀਲਾ ਕਰ ਦੇਣਾ ਇਹ ਗੱਲ ਪੱਕੀ ਹੈ ਤੇ ਸਾਹਮਣੇ ਕਹਿੰਦੇ ਹੁਣ ਬੋਲਾਂ ਚਾਰ ਕਿਸ਼ਮੀਆਂ ਤੇ ਸਾਹਮਣੇ ਖਿਆਜ ਨੇ ਸਾਹਮਣੇ ਕਰਨਾ ਭੈਜੀ ਭਾਲ ਤੇ ਸਾਹਮਣੇ ਕਰੋ ਤੇ ਬਾਬੇ ਜ਼ਰੂਰ ਫੋੜਦੇ ਮਿੱਤਰਾਂ ਇੱਕ ਸੋਹਣੀ ਫੀਲਡ ਮੁੰਡੇ ਨੌਜਵਾਨ ਨੇ ਕਰ ਦਿੱਤੀ ਹੈ ਲਓ ਸਾਹਮਣੇ ਕਾਕੋ ਵਾਲੀਆ ਬਿੱਲਾ ਆ ਗਿਆ ਤੇ ਗੁਲਜ਼ਾਰ ਭਾਜੀ ਨੇ ਐਲਾਨ ਕੀਤਾ ਜੇ ਕਾਕੋ ਵਾਲੀਆ ਬਿੱਲਾ ਛੱਕਾ ਮਾਰ ਦੇਣਾ 200 ਰੁਪਇਆ ਉਹ ਦੇਣਗੇ 500 ਰੁਪਇਆ ਪ੍ਰੀਤੀ ਵਾਲੇ ਜੀ ਵੱਲੋਂ ਦਿੱਤਾ ਜਾਣਾ ਤੇ ਮੇਰਾ 700 ਦਾ ਛੱਕਾ ਵੀ ਛੱਕਾ 700 ਰੋ ਮਿੱਤਰਾ ਦੁੱਧ ਦੀ ਰਾਖੀ ਪਿੱਲਾ ਬੈਠਾ ਹੱਥ ਪੈਰ ਤਾਂ ਮਾਰੂਗਾ ਵੀ ਦੁੱਧ ਦੀ ਰਾਖੀ ਪਿੱਲਾ ਬੈਠਾ ਹੱਥ ਪੈਰ ਤਾਂ ਮਾਰੂਗਾ ਮਾਰੇ ਜੀ 500 ਫੇਰ 500 ਫੇਰ ਪਿੱਲਾ 500 ਫੇਰ ਲਾ ਗਿਆ ਪਿੱਲਾ 500 ਫੇਰ ਲਾ ਗਿਆ ਖਿਲਾਰੀ ਆ ਔਰ ਕਹਿੰਦੇ ਬਿੱਲਾ ਕਾਕੋ ਵਾਲੀ ਆ 90-70 ਵਾਲੀ ਨਾ ਵੱਡੀ ਆ ਰਹੀ ਹੈ ਅੱਜ ਪ੍ਰੀਤੀ ਮਾਰੇ ਨੇ ਕੋਲ 500 ਬਿੱਲੇ ਦੇ ਸੱਟਾ ਕਿੱਥੇ ਰਹਿਣਾ ਬਣਾ ਦਿੱਤੀ ਹੈ ਪੱਤੀ ਬਈ ਖੇੜਾ ਕਿੱਥੇ ਛੁੱਟਿਆ ਛੱਪੀ ਰਨ ਇੱਕ ਉੱਪਰ ਛੱਪੀ ਹੈ ਤੇਰਾ ਤੂੜਾ ਛੱਪੀ ਆ ਤਾਂ ਛੱਪੀ ਰਹਿਣ ਦੇ ਵੀ ਸਾਡੀ ਜਿੱਥੋਂ ਲੱਗੀ ਆ ਤਾਂ ਲੱਗੀ ਰਹਿਣ ਦੇ ਵੀ ਲੋਕਾਂ ਭਾੜੇ ਠੱਗੀ ਆ ਤਾਂ ਠੱਗੀ ਰਹਿਣ ਦੇ ਪ੍ਰੀਤੀ ਮੈਡਮ ਜੀ ਨੇ ਪੱਟਾ ਮਾਰ ਫਰਮਾਨ ਬੱਲੇ ਦਾ ਕਰਨਾ ਨਾਲ ਗੁਲਜ਼ਾਰ ਭਾਜੀ ਵੀ ਆ ਗਏ ਆ ਉਹਨਾਂ ਨੇ ਵੀ ਖਿਡਾਰੀਆਂ ਨੂੰ ਸਨਮਾਨ ਵੱਡੇ ਕਰਦੇ ਆ ਕਿਉਂਕਿ ਨੋਟ ਮਿੱਤਰਾਂ ਕੱਢ ਲਿਆ ਨੋਟ ਕੱਢ ਲਿਆ ਔਰ ਕਹਿੰਦੇ ਬੱਲੇ ਸਨਮਾਨ ਜਿਹੜਾ ਜ਼ਰੂਰ ਕੀਤਾ ਜਾਣਾ ਜਤਿੰਦਰ ਭਾਜੀ ਕਹਿੰਦੇ ਵੀ ਜਿੰਨੀਆਂ ਸ਼ੈਲੀ ਵਿਜਤਾ ਕਰੂਗਾ 500 ਜਤਿੰਦਰ ਭਾਜੀ ਵੱਲੋਂ ਦਿੱਤੇ ਜਾ ਰਹੇ ਆ ਵੀ 500 ਸ਼ੈਲੀ ਦੀ ਹਰ ਵਿਗੜ ਤੇ ਹੋਣਾ ਲੈ ਵੀ ਸ਼ੈਲੀ ਖੇਚੋ ਤਿਆਰੀ ਨੌਜਵਾਨਾਂ ਤੇਰੀ ਹਰ ਇੱਕ ਵਿਗੜ 500 ਦੀ ਹੋਣੀ ਆ ਹਰ ਇੱਕ ਵਿਗੜ 500 ਜਤਿੰਦਰ ਭਾਜੀ ਵੱਲੋਂ ਦਿੱਤੀ ਜਾ ਰਹੀ ਆ ਚਾਰ ਰਨ ਤੇ ਵੱਧ ਹੋ ਗਿਆ ਮਿੱਤਰਾ ਆਹ ਮੁੰਡਾ ਚਾਰ ਰਨ ਜੋੜ ਗਿਆ ਪ੍ਰੀਤੀ ਮੈਡਮ ਦੀ ਟੀਮ ਹੈ ਔਰ ਕਹਿੰਦੇ ਆਉਣ ਦੀ ਵਿਵਸਥਾ ਕਰੋ ਔਰ ਕਹਿੰਦੇ ਜਿਹੜੀ ਖਿੱਪ ਹੋਊਗੀ ਨਾ ਉਹਨਾਂ ਨੇ ਉਹ
ਮੀਤ ਮਲਿਕ ਜੀ ਵੀ ਯਾਦ ਉਸ ਵਕਤ ਜਿਹੜੀਆਂ ਉੱਧਰ ਪਾਜੀ ਜਿਤੇਂਦਰ ਜੀ ਪੰਜ ਪੰਜ ਸਵੇਰੇ ਰੋਡ ਗੱਡੀ ਬੈਠੇ ਆ ਕਿ ਸ਼ੈਲੀ ਜਿੰਨੀਆਂ ਬਿਰਤਾਂ ਵੱਧਗਾ ਨੌਜਵਾਨ ਹੈ ਉਹਨੇ 500 ਹੈ ਜਿੰਨੀਆਂ ਬਿਰਤਾਂ ਉਹਨੇ 500 ਹੈ ਪੰਜ ਪੰਜ ਸੌ ਰੁਪਏ ਹਰ ਵਿਕਟ ਦਿੱਤੇ ਜਾਣਾ ਹਰ ਇੱਕ ਵਿਕਟ ਦਿੱਤਾ ਜਾਣਾ ਜਿਤੇਂਦਰ ਭਾਜੀ ਵੀ ਆਇਆ ਕਿ ਜਿੰਨੇ ਖੁੱਲੇ ਮਿੱਤਰਾਂ ਦੇ ਖਰਚੇ ਉਹਨਾਂ ਖੁੱਲੇ ਰੱਬ ਸਾਨੂੰ ਦੇਈ ਜਾਂਦਾ ਹੈ ਵੀ ਜਿੰਨੇ ਖੁੱਲੇ ਮਿੱਤਰਾਂ ਦੇ ਖਰਚੇ ਉਹਨਾਂ ਖੁੱਲਾ ਰੱਬ ਸਾਨੂੰ ਦੇਈ ਜਾਂਦਾ ਹੈ ਲਓ ਸਾਹਮਣੇ ਪੈਂਦੀ ਚਾਰ ਚਿੱਤਰਾਂ ਦੇ ਬਾਅਦ ਸ਼ੁਰੂ ਸੁਣ ਗਏ ਇਹਨੂੰ ਸ਼ੈਲੀ ਮੈਨੂੰ ਲੱਗਦਾ ਇਹਨੂੰ ਬਾਲਾਂ 'ਚ ਫੜੀਆਂ ਨਹੀਂ ਆਉਂਦੀਆਂ ਇਹਦੇ ਹੱਥਾਂ 'ਤੇ ਮੈਨੂੰ ਲੱਗਦਾ ਤੇਲ ਤੁਲ ਕੇ ਹੋਸੇ ਲੱਗਿਆ ਇੱਥੇ ਹੱਥਾਂ 'ਤੇ ਬਾਲਾਂ ਨਹੀਂ ਫੜੀਆਂ ਪਈਆਂ ਇੱਥੇ ਬਾਲਾਂ ਨਹੀਂ ਫੜੀਆਂ ਪਈਆਂ ਔਰ ਇਸ ਵੇਲੇ ਫੇਰ ਕਹਿੰਦੇ ਸਾਹਮਣੇ ਬਿੱਲਾ ਕਾਕੋਵਾਲ ਦੀ ਧਰਤੀ ਦਾ ਆਇਆ ਸ਼ੈਲੀ ਦੀ ਬਾਲ ਹੋਵੇਗੀ ਔਰ ਵਿਕਟ ਵੀ 500 ਦੀ ਜਤਿੰਦਰ ਭਾਜੀ ਵੱਲੋਂ ਛੱਕਾ ਵੀ 500 ਦਾ ਪ੍ਰੀਤੀ ਵਾਲਾ ਵੱਲੋਂ ਆ ਆਹ ਟੱਕਰ ਦੇ ਚੱਕਰ ਕਦੇ ਕਦੇ ਦੇਖਣ ਨੂੰ ਮਿਲਦੇ ਆ ਵੀ ਆਹ ਟੱਕਰ ਤੇ ਆਹ ਚੱਕਰ ਮਿੱਤਰ ਕਦੇ ਕਦੇ ਦੇਖਣ ਨੂੰ ਮਿਲਦੇ ਆ ਆਹ ਟੱਕਰ ਦੇ ਚੱਕਰ ਕਦੇ ਕਦੇ ਦੇਖਣ ਨੂੰ ਮਿਲਦੇ ਆ ਪੰਜ ਸੌ ਦੇ ਵੱਡੇ ਸਨਮਾਨ ਜਿਹੜੇ ਦੁੱਧ ਖਿਡਾਰੀਆਂ ਦੇ ਕੀਤੇ ਜਾਣੇ ਆ ਭਾਵੇਂ ਵਿਕਟ ਨਿਕਲ ਜਾਏ ਜਤਿੰਦਰ ਭਾਜੀ ਭਾਵੇਂ ਛੱਕਾ ਬਾਜੇ ਪ੍ਰੀਤੀ ਵਾਲਨ ਛੱਕਾ 500 ਦਾ ਵਿਕਟ 500 ਦੀ ਭਾਜੀ ਮਾਰ ਦੇ ਬੱਲੇ ਬੱਲੇ ਤਾੜੀ ਪਰ ਜ਼ੋਰ ਦਾ ਮਾਰ ਦੇ ਵਾਹ ਬੱਲੇ ਹੁਣ ਛੱਕਾ ਜੋ ਪੰਜਾਬ ਮਾਰਦਾ 500 ਅਨੀਸ ਸਰ ਵੱਲੋਂ ਅਨੀਸ ਸਰ ਵੱਲੋਂ 500 ਦਿੱਤਾ ਜਾਣਾ ਵੀ ਛੱਕਾ 500 ਦਾ ਹੋਣਾ ਅਨੀਸ ਸਰ ਵੱਲੋਂ ਕਹਿੰਦੀ ਪੰਜਾਬ ਖੇਚਣਾ ਪਿਆਰੀਏ ਪਿਆਰੀ ਖੇਚਣਾ ਕਿ ਬੜੀ ਚਾਹੀ ਆ ਕਿ 1500 ਦੇ ਬਚ ਗਏ ਆ 500 ਦਾ ਫੇਰ ਬਜਣਾ ਪਿੱਲਾ ਜੱਟ ਪਿਗੜ ਗਿਆ ਅੱਜ ਪਿੱਲੀਆਂ ਅੱਖਾਂ ਦੇ ਵਿੱਚ ਰੜਕੂ ਇਹ ਗੱਲ ਸੱਚੀ ਆ ਪੈਂਤੀ ਪਾਰ ਤੇ ਕਾਕੋ ਵਾਲੀਆਂ ਨੇ ਸਨਮਾਨ ਦਿੱਤਾ ਉਹਨੇ ਸਟ੍ਰਾਈਕ ਆਪਦੇ ਕੋਲ ਰੱਖੇ ਆ ਦੱਸੀ ਵੀ ਟਾਰਗੇਟ ਕਿੱਥੇ ਗਏ ਜਿਹੜੀ ਖੇੜਾ ਛੁੱਟਿਆ 44 ਹੋ ਗਿਆ ਜੀ ਦੋ ਓਵਰ 44 ਹੋ ਗਏ ਲਓ ਸਾਹਮਣੇ ਚਾਰ ਛੱਕਿਆਂ ਦਾ ਖੇਡ ਬਾਕੀ ਰਹੇਗਾ ਮਿੱਤਰਾਂ ਪਿੱਲਿਆ 18 'ਚ 25 ਰਹੇ 2 ਓਵਰ 44 ਪਰ ਜਿਹੜੇ ਹਿਸਾਬ ਨਾਲ ਸ਼ੈਲੀ ਨੇ ਬੈਟਿੰਗ ਕੀਤੀ ਨਾ ਉਹਨੇ 1 ਓਵਰ 'ਚ 45 ਮਾਰੇ ਆ ਇਹ ਵੀ ਕਹਿੰਦੇ ਸਾਡੀ ਵਜੋਂ ਖੇਡ ਦਾ ਪ੍ਰਦਰਸ਼ਨ ਕੀਤਾ ਸ਼ੈਲੀ ਨੂਰ ਵਾਲਾ ਨੇ 1 ਓਵਰ 'ਚ 45 ਮਾਰੇ ਇੱਕ ਫੱਟਾ 'ਚ ਆ ਲਓ ਸਾਹਮਣੇ ਸਾਹਿਲ ਨੇ ਬਾਲ ਪਾਉਣੀ ਹੈ ਮੇਰੇ ਵੀਰੇ ਲੈ ਵੀ ਸਾਹਿਲ ਨੇ ਬਾਲ ਪਾਉਣੀ ਆ ਕਾਕੋ ਵਾਲੀਆਂ ਬਿੱਲਾ ਸਾਹਮਣੇ ਗੋਲ ਲੈ ਵੀ ਚੁੱਕੀਆਂ ਦਾ ਅਰਥਾਂ ਦੀ ਉਹਦੇ ਰੁਸਤ ਦੇ ਖਿਲਾੜੀ ਆ ਆਹ ਮੁੱਢ ਦੇ ਬੜੇ ਚਾਚੇ ਅਖੀਰ ਬਣਾਉਣਾ ਕਿ ਪੈਂਤੀ ਪਾਰ ਤੇ ਨੋਹਾ ਗੁੱਟ ਵੀ ਨੋਹਾ ਛੂਟ ਬਾਲ ਨਹੀਂ ਹੋਈ ਜੀ ਵਿਕਟ ਦੌੜ ਕਰ ਲਓ ਲੌਕਿਕ ਫ੍ਰੀ ਅੱਡਾ ਦੇ ਬਾਪੂ ਰਹਿਣਾ ਲੱਕੀ ਪੇਸ਼ਰ ਸਾਡਾ ਫੋਨ ਜਿਹੜਾ ਪੱਕਾ ਦੀ ਸੇਵਾ ਕਰ ਰਿਹਾ ਪਰ ਇਸ ਵੇਲੇ ਸਾਹਮਣੇ ਪੈਂਤੀ ਫੁੱਟਬਾਲ ਫ੍ਰੀ ਅੱਡਾ ਕਿ ਨੋਹਾਲ ਫ੍ਰੀ ਅੱਡਾ ਦੇ ਇਸ਼ਾਰੇ ਤੇ ਬਾਹਰ ਫੇਰ ਰੋ ਬਾਹ ਪਿੱਲਿਆ ਬਿੱਲਾ ਕਰਾ ਰੱਖਿਆ ਵੀ ਛੱਕੇ ਦੇ ਛੇ ਨੌ ਵਾਲਾ ਸੱਤ ਰਨ ਜੋੜ ਜੇ 200 ਰੁਪਏ ਛੱਕਾ ਮਾਰਦਾ ਨਾ 200 ਰੁਪਇਆ ਬਲਜਾਰ ਭਾਜੀ ਕਹਿੰਦੇ 100 ਛੱਕਾ ਮਾਰਦਾ ਬਿੱਲਿਆ ਉਹ ਲੱਗ ਤੇ ਦੋ ਮਾਰਦਾ ਉਸ ਤੋਂ ਮਾਰੇ ਕਿੱਦਾਂ ਉਸ ਤੋਂ ਬਾਅਦ 200 ਦੇ ਦਾਂਗੇ 200 ਬਿੱਲੇ ਨੇ ਹਲਕੀ ਵੀ ਸਮਾਇਸ਼ ਦਿੱਤੀ ਬਿੱਲਿਆ ਫਰੀ ਅੱਡਾ ਛੱਕਾ 200 ਦਾ ਮਿੱਤਰ ਹਾਂਜੀ ਬਿਲਕੁਲ ਪੈਸੇ ਤਾਂ ਜਮ੍ਹਾਂ ਕਰਾਉਂਦੇ ਰਹੋ ਬਿੱਲਿਆ 200 2000 ਦੇ ਬਚ ਗਏ ਆ ਵੀ 200 ਹੋਰ ਦਿੱਤਾ ਜਾਣਾ ਮਿੱਤਰ 2000 ਹੁਣ ਤੱਕ ਹੋ ਚੁੱਕੇ ਆ ਵੀ 200 ਹੋਰ ਦਿੱਤੇ ਜਾਣੇ 2200 ਦੇ ਤਾਂ ਛੱਕਾ 100 ਰੁਪਏ ਚਾਹੀਦਾ ਇਹ ਆਫ ਤੋਂ ਬੜੀ ਤਕੜੀ ਸ਼ੇਰ ਖੇਡਦਾ ਮਿੱਤਰਾ ਆਫ ਤੋਂ ਬੜੀ ਤਕੜੀ ਸ਼ੇਰ ਖੇਡਦਾ ਭਾਜੀ ਬੋਲਰ ਤੇਜ਼ ਹੈ ਚਾਹ ਕਿਸੇ ਨੇ ਬੋਲ ਪਾਉਣੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਭਾਜੀ ਪਾਰ ਤੇ ਕਾਕੋ ਬਾਲੀ ਨੇ ਆਫ ਤੇ ਟ੍ਰਾਈ ਆਫ ਤੇ ਕੀਤੀ ਸੀ ਬਿੱਲਿਆ ਮਾਰਦੇ ਇੱਕ ਤਾਂ ਮਾਰਨਾ ਪੈਣਾ ਬਿੱਲਿਆ ਕਿਤੇ ਮਾਰਨਾ ਪੈਣਾ ਮੈਨੂੰ ਲੱਗਦਾ ਵੀ ਰਨ ਜਿਹੜੇ 17 ਦੇ ਰਨ ਬਾਕੀ ਰਹਿ ਗਏ 17 ਮਿੰਟੀ 3 ਕਿਸੇ ਚਾਲੀ ਫੇਰ ਬਾਕੀ ਰਹਿੰਦੀ ਆ ਪੈਂਤੀ ਬਾਲ ਦੇ ਸਿਗਲੇ ਮੈਨੂੰ ਲੱਗਦਾ ਵੀ 1 ਤੋਂ 2 3
ਚਾਰ ਜ਼ਰੂਰ ਹੋਣਗੇ, ਚਾਰ ਜ਼ਰੂਰ ਹੋਣਗੇ ਤੇ ਚਾਰ ਜਿਹੜੇ ਜ਼ਰੂਰ ਯਕੀਨਨ ਤੌਰ ਤੇ ਉਹਦੇ ਬਾਹਲੇ ਬਾਹਲੇ ਸੁਣਿਆ। ਹੁਣ ਤੇਰਾ ਰਹਿ ਗਏ, ਤੇਰਾ ਰਹਿ ਗਏ, ਤੇਰਾ ਰਹਿ ਗਏ, ਤੇਰਾ ਰਹਿ ਗਏ। ਮੈਂ ਤੈਨੂੰ ਦੱਸਿਆ ਕਿ ਕਾਕੋ ਵਾਲੀਆਂ ਚੱਲ ਗਏ ਨਾ ਤਿੰਨ ਜਬੂਰੇ ਹੋਣੇ, ਗੱਲ ਇੱਥੇ ਆ ਗਈ। ਕਿਉਂ ਮੈਡਮ ਜੀ, ਮੈਂ ਤੁਹਾਨੂੰ ਦੱਸਿਆ ਸੀ ਜਿਹਦੇ ਕਾਕੋ ਵਾਲੇ ਚੱਲ ਗਏ ਨਾ ਖੇਡ ਤਿੰਨ ਓਵਰਾਂ ਦੀ ਆ, ਵੀ ਤਿੰਨ ਓਵਰਾਂ ਦੀ ਖੇਡ ਆ ਕਾਕੋ ਵਾਲੀਆਂ ਜੀ, ਤਿੰਨ ਓਵਰਾਂ ਦੀ ਖੇਡ ਆ। ਵਾਹ ਕਾਕੋ ਵਾਲੀਆਂ, ਆਹ ਕਾਕੋ ਵਾਲੀਆਂ, ਆਹ ਕਾਕੋ ਵਾਲੀਆਂ। ਹੁਣ ਸੱਤ ਰਹਿ ਗਏ, ਸੱਤ ਰਹਿ ਗਏ, ਸੱਤ ਰਹਿ ਗਏ, ਸੱਤ ਰਹਿ ਗਏ। ਬਾਲਾਂ ਕਿੰਨੀਆਂ ਬਾਕੀ ਆ ਵੀਰੇ? ਤਿੰਨ ਬਾਲਾਂ ਬਾਕੀ ਆ, ਸੱਤ ਰਹਿ ਗਏ, ਤਿੰਨ ਬਾਲਾਂ। ਔਰ ਮੈਨੂੰ ਲੱਗਦਾ ਪ੍ਰੀਤੀ ਮੈਡਮ ਜੀ ਕਹਿੰਦੀ 300 ਦੇ ਦੇਵੇ ਬਿੱਲਿਆ, 300 ਦੇ ਦੇਵੇ ਬਿੱਲਿਆ, 300 ਦੇ ਦੇਵੇ ਬਿੱਲਿਆ। ਮੌਕਾ ਬਿੱਲਿਆ, ਆਫ ਤੇ ਛੋਟਾ ਮਾਰਨਾ, ਆਫ ਤੇ ਛੋਟਾ ਮਾਰ ਦੇ। 300 ਮੈਡਮ ਵੱਲੋਂ, 200 ਗੁਲਜ਼ਾਰ ਭਾਜੀ ਵੱਲੋਂ, 500 ਹੋ ਗਿਆ ਬਿੱਲਿਆ, 500 ਹੋ ਗਿਆ, 300 ਮੈਡਮ ਵੱਲੋਂ, ਪ੍ਰੀਤੀ ਮੈਡਮ ਵੱਲੋਂ, 200 ਗੁਲਜ਼ਾਰ ਭਾਜੀ ਵੱਲੋਂ। ਪਰ ਛੱਕਾ ਛੱਕਾ ਆਫ ਸਾਰ ਪਿਆ, ਸਾਰ ਪਿਆ ਅਨੀਸ਼ ਭਾਜੀ, ਸਾਹਿਲ ਭਾਜੀ ਉਹਨਾਂ ਵੱਲੋਂ। ਪਰ ਛੱਕਾ ਮਿੱਤਰ ਆਫ ਤੇ ਮਾਰਦਾ ਬਿੱਲਿਆ, ਮੌਕਾ ਬਣਿਆ ਸੀ, ਮੌਕਾ ਬਣਿਆ ਸੀ। ਮੈਂ ਤੈਨੂੰ ਦੱਸਿਆ ਦੁਬਾਰਾ ਫੇਰ, ਦੁਬਾਰਾ ਫੇਰ, 300 ਮੈਡਮ ਵੱਲੋਂ, 100 ਰੁਪਏ ਸਾਹਿਲ ਭਾਈ ਵੱਲੋਂ ਤੇ 200 ਰੁਪਏ ਗੁਲਜ਼ਾਰ ਭਾਈ ਵੱਲੋਂ। ਛੱਕਾ ਮਿੱਤਰ ਐਨ 600 ਦਾ ਹੋ ਗਿਆ, 600 ਦਾ। ਜਿੱਤ ਗਈ ਟੀਮ, ਜਿੱਤ ਗਈ ਟੀਮ ਰੋਇਲ, ਰੋਇਲ ਪੈਥਰ ਦੀ। ਪਰ ਇੱਕ ਵਾਰੀ ਫੇਰ ਨਾ ਤਾੜੀ ਮਾਰ ਦੋ, ਟੀਮ ਜਿੱਤ ਗਈ। ਬਾਜੀ 17 ਬੋਲਾਂ 'ਚ ਪੂਰੇ ਹੋਏ, 17 ਬੋਲਾਂ 'ਚ ਪੂਰੇ, ਪਰ ਤਾੜੀ ਮਾਰ ਲਓ ਜ਼ੋਰ ਨਾਲ। 17 ਬੋਲਾਂ 'ਚ ਟੀਮ ਜਿੱਤ ਗਈ, 17 ਬੋਲਾਂ ਦੇ ਵਿੱਚ। ਵਾਹ ਬੱਲਿਆ, ਵਾਹ ਬੱਲਿਆ। ਮੈਂ ਤਾਂ ਦੱਸਿਆ ਸੀ ਜੇ ਪਿੱਲਾ ਚੱਲ ਗਿਆ ਨਾ ਖੇਡ ਤਿੰਨ ਓਵਰਾਂ ਦਾ ਹੋਈ ਆ, ਜੇ ਪਿੱਲਾ ਚੜ੍ਹ ਗਿਆ ਨਾ ਤਿੰਨ ਓਵਰਾਂ ਖੇਡ ਆ।